ਹਾਂਜੀ ਮੇਰੇ ਪਿਆਰੇ ਵੀਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਕੰਬੋਚ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਜੋ ਲੰਪੀ ਸਕਿਨ ਡਿਸੀਜ਼ ਬਿਮਾਰੀ ਚੱਲ ਰਹੀ ਹੈ ਉਸ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਹਾਂ ਜੋ ਉਵਾਰਾ ਜਾਨਵਰ ਨੇ ਮੈਂ ਰਸਤੇ ਦੇ ਵਿੱਚ ਜਾ ਰਿਹਾ ਸੀ ਤੇ ਮੈਂ ਸੋਚਿਆ ਵੀ ਆਪਣੇ ਡੇਰੀ ਫਾਰਮਰ ਭਰਾਵਾਂ ਨਾਲ ਸ਼ੇਅਰ ਕਰਦੇ ਆਂ ਰਸਤੇ ਦੇ ਵਿੱਚ ਉਵਾਰਾ ਜਾਨਵਰਾਂ ਨੂੰ ਵੀ ਬਹੁਤ ਜ਼ਿਆਦਾ ਬਿਮਾਰੀ ਆ ਚੁੱਕੀ ਹੈ ਬਹੁਤ ਭਿਆਨਕ ਬਿਮਾਰੀ ਹੈ ਇਹ ਰਸਤੇ ਦੇ ਵਿੱਚ ਗਾਂ ਨੂੰ ਬਹੁਤ ਹੀ ਖਤਰਨਾਕ ਸਟੇਜ ਦੇ ਵਿੱਚ ਬਿਮਾਰੀ ਆ ਚੁੱਕੀ ਆ ਅਗਲੇ ਬੰਨ ਦੇ ਵਿੱਚ ਸੋਜ ਆ ਗਈ ਆ ਇਹ ਜਾਨਵਰ ਨੂੰ ਬੈਠਣ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਆ ਰਹੀ ਸੀ ਤਾਂ ਮੈਂ ਇਸ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀ ਆ ਤੁਹਾਨੂੰ ਦਿਖਾ ਰਿਹਾ ਜੋ ਇਹਦੇ ਲੱਛਣ ਨੇ ਜਮਾ ਹੀ ਸੁਸਤ ਹੋਈ ਪਈ ਆ ਗਾਂ ਤੇ ਸਾਰੇ ਸਰੀਰ ਦੇ ਉੱਤੇ ਗੋਲ ਗੋਲ ਚਟਾਕ ਤੱਬੇ ਧੱਫੜ ਤਰਾਂ ਸਾਰੀ ਚਮੜੀ ਭਰੀ ਪਈ ਹੈ ਥੱਫੜ ਨਾਲ ਬਹੁਤ ਹੀ ਭਿਆਨਕ ਦੇ ਰੂਪ ਦੇ ਵਿੱਚ ਆ ਚੁੱਕੀ ਹੈ ਬਿਮਾਰੀ ਆਵਾਰਾਂ ਜਾਨਵਰਾਂ ਨੂੰ ਬਹੁਤ ਜ਼ਿਆਦਾ ਥਾਂ ਥਾਂ ਤੇ ਆਪਾਂ ਸੜਕ ਦੇ ਉੱਤੇ ਦੇਖ ਰਹੇ ਆ ਜਾਨਵਰ ਖਤਮ ਹੋ ਚੁੱਕੇ ਨੇ ਜੋ ਆਵਾਰਾ ਜਾਨਵਰ ਨੇ ਉਹਨਾਂ ਦਾ ਕੋਈ ਵੀ ਟਰੀਟਮੈਂਟ ਵਗੈਰਾ ਆਦੀ ਨਹੀਂ ਹੋ ਰਿਹਾ ਤਾਂ ਬਿਮਾਰੀ ਬਹੁਤ ਹੀ ਭਿਆਨਕ ਰੂਪ ਦੇ ਵਿੱਚ ਇਹਨਾਂ ਨੂੰ ਘੇਰ ਲੈਂਦੀ ਹੈ ਤਾਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਹੀ ਜਾਨਵਰ ਦੇ ਪੱਲੇ ਕੁਝ ਨਹੀਂ ਰਹਿੰਦਾ ਤੇ ਹਫਤੇ ਦੇ ਅੰਦਰ-ਅੰਦਰ ਜਾਨਵਰ ਦੀ ਮੌਤ ਹੋ ਜਾਂਦੀ ਆ ਇਹ ਵਾਰਾ ਜਾਨਵਰ ਸੜਕ ਤੇ ਖੜਿਆ ਦਿਖਾਉਣਾ ਤੁਹਾਨੂੰ ਬਹੁਤੀ ਭਿਆਨਕ ਰੂਪ ਦੇ ਵਿੱਚ ਇਹਨੂੰ ਬਿਮਾਰੀ ਨੇ ਘੇਰ ਲਿਆ ਹੈ ਲੰਪੀ ਸਕਿਨ ਡਿਸੀਜ਼ ਲੰਪੀ ਬਿਮਾਰੀ ਜੋ ਅੱਜ ਦੇ ਟਾਈਮ ਵਿੱਚ ਚੱਲ ਰਹੀ ਆ ਇਹ ਉਹ ਬਿਮਾਰੀ ਆ ਮੈਂ ਸੋਚਿਆ ਭਈ ਆਪਾਂ ਇਹਨੂੰ ਸ਼ੇਅਰ ਕਰਦੇ ਆਂ ਇਹ ਇਹਦੇ ਲੱਛਣ ਨੇ ਬਿਮਾਰੀ ਦੇ ਤੁਹਾਡੇ ਸਾਹਮਣੇ ਸਾਰੇ ਸਰੀਰ ਦੇ ਉੱਤੇ ਧੱਫੜ ਹੋ ਚੁੱਕੇ ਨੇ ਮੌਕੇ ਟੈਪ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਜੋ ਭਿਆਨਕ ਬਿਮਾਰੀ ਆ ਇਹਦੇ ਤੋਂ ਛੇਤੀ ਹੀ ਖਾੜਾ ਛਡਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ